ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਸਰੂਪ ਵਾਲੀ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਸਾਬੀ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਪਸ਼ੂ ਤੁਹਾਨੂੰ ਦਿਖਾਉਣੇ ਆ, ਅਤੇ ਬਾਕੀ ਸੂਈਆਂ ਦੀ ਆਪਣੀ ਚਵਾਈ ਕਰਕੇ ਖੜੋ ਅਤੇ ਗੱਭਣਾਂ ਆਪਣੀਆਂ ਪਾਸ ਕਰਕੇ ਖੜੋ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਜੀ? ਚਲੋ ਵਧੀਆ, ਮਿਹਰ ਹੀ ਚਾਹੀਦੀ ਜੀ। ਅਤੇ ਨਾਮ ਦੱਸ ਦਿਓ ਇੱਕ ਵਾਰੀ ਫਿਰ। ਸਾਬੀ ਆ, ਪਿੰਡ ਸਰੂਪ ਵਾਲੀ, ਜ਼ਿਲ੍ਹਾ ਗੁਰਦਾਸਪੁਰ ਅਤੇ ਤਹਿਸੀਲ ਬਟਾਲਾ। ਬਟਾਲੇ ਦੇ ਬਿਲਕੁਲ ਨਾਲ ਹੀ ਆ, ਹੈ ਨਾ? ਅੰਮ੍ਰਿਤਸਰ ਰੋਡ ਦੇ ਉੱਪਰ ਹੀ ਆ। ਠੀਕ ਹੈ, ਅਤੇ ਘਸੀਟਪੁਰ ਦੇ ਸਾਹਮਣੇ ਹੀ ਆ ਬਿਲਕੁਲ, ਹੈ ਨਾ? ਇੱਕ ਪਾਸੇ ਘਸੀਟਪੁਰ, ਇੱਕ ਪਾਸੇ ਤੁਹਾਡਾ ਪਿੰਡ ਆ। ਠੀਕ ਹੈ, ਅਤੇ ਉਦਣ ਵਾਲਾ ਵੇਖ ਗਿਆ ਹਿਮਾਲ ਫਿਰ? ਹਾਂਜੀ, ਬਾਬੇ ਨੇ ਮੇਰੇ ਵੇਖ ਗਿਆ ਜੀ। ਠੀਕ ਹੈ, ਅੱਜ ਫਿਰ ਕੁਛ ਗਾਵਾਂ ਅਤੇ ਕੁਛ ਮੱਝਾਂ ਨੇ। ਮੱਝਾਂ ਵਾ ਅਤੇ 3 ਗਾਵਾਂ। ਅਤੇ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਵਾਲੀ ਗੱਭਣ ਮਾਈ ਤੋਂ ਕਰ ਲਈਏ। ਕਿੰਨਾ ਕੁ ਖੜਦੀ ਜੀ ਟਾਈਮ? ਇਹ ਬਸ ਤਿਆਰੀ ਦੇ 2-3 ਦਿਨ ਮੇਰੇ ਸਾਹਮਣੇ ਖੜੂਗੀ। ਤੋਰੋ ਫਿਰ ਇੱਕ ਵਾਰੀ ਇਹਨੂੰ, ਤਿਆਰੀ ਜੀ ਆ ਅਤੇ ਅਸਾਣੇ ਦੇ ਇੱਕ ਵਾਰੀ ਦੇਖ ਸਕਦੇ ਜੇ ਲਾਗੇ ਤੋਂ। ਇੱਕ ਪਾਸੇ ਦਾ ਸਿੰਗ ਟੁੱਟਾ ਹੈ ਇਹਦਾ। ਬਾਕੀ ਹਵਾਨੇ ਦੀ ਤੱਕ ਗਾਹ ਨੂੰ ਆ ਜ਼ਿਆਦੀ, ਬਾਕੀ ਸੂਨ ਤੱਕ ਚਲੋ ਹਵਾਨਾ ਭਰ ਜੂਗੀ ਆਪਣੇ ਹਿਸਾਬ ਨਾਲ। ਠੀਕ ਆ, ਛੋਟੀ ਹੁੰਦੀ ਤੋਂ ਹੀ ਇਤਨਾ ਇਹਦਾ। ਠੀਕ ਹੈ, ਬਾਕੀ ਕੋਈ ਬਾਬੀ ਜੀ ਮੇਰਾ ਭਾਅ ਪਿੱਛਾ ਮਾਰੇ ਆਪਣੀ ਫੁੱਲ ਗਰੰਟੀ ਥਣਾ ਦੀ ਵਜ੍ਹਾ ਫੁੱਲ ਗਰੰਟੀ ਦੇਵਾਂਗੇ। ਜਿੱਦਾਂ ਮਰਜ਼ੀ ਕੋਈ ਸੂਈ ਲੈ ਜਾਏ, ਪਸੂਨ ਵਾਲੀ ਲੈ ਜਾਏ। ਠੀਕ ਹੈ, ਤੇ ਮੁੱਲ ਇਹ ਦੁੱਧ ਉਤਰਾ ਕਿੰਨਾ ਕੱਢੀ ਜਾਊਗਾ? ਉਹਦੇ ਵਿੱਚ ਪਹਿਲੇ ਜਿਹੜੇ ਪਿਛਲੇ ਸੂਏ 12 ਲੀਟਰ ਦੁੱਧ ਦਿੱਤਾ ਹੈ। ਅੱਛਾ, ਐਰਕਾ ਵੀ ਆਸ ਹੈ ਕਿ 12 ਲੀਟਰ ਮਾਣ ਫੇਰ ਦੇਊਗੀ, ਰਾਜੀ ਹੈ ਮੈਂ। ਠੀਕ ਹੈ, ਤੇ ਮੁੱਲ ਵੀ ਇਹਦਾ ਬਿਲਕੁਲ ਛੋਟਾ ਹੀ ਪਾਉਣਾ। ਕਿੰਨਾ ਕਾ ਇਹਦਾ ਮੁੱਲ ਵੀ ਜੀ? 55,000 ਹੈ ਜਿਹੜੀ ਦੇ ਦੇਣੀ, 55,000 ਦੀ। 56,000 ਦੀ ਤੇ ਦੇਣੀ ਹੈ। ਠੀਕ ਹੈ ਜੀ, ਤੇ ਹੁਣ ਆ ਜਿਹੜੀ ਮਾਜੇ ਵੀ ਸੂਈ ਸਵਾਈ ਹੈ, ਸੂਈ ਵਿੱਚ ਇਹਨੂੰ 10-12 ਦਿਨ ਹੋ ਗਏ ਸੂਈ ਨੂੰ। ਅੱਛਾ, ਹਾਂਜੀ, ਉਹ ਮਗਰ ਕੱਟੀ ਹੈ, ਉਹ ਕੱਟੀ ਹੈ ਇਹਦੇ ਮਗਰ, ਕੋਈ 5-4 ਦਿਨ ਵੱਧ ਵੀ ਲਾ ਲਏ, ਕੋਈ ਘੱਟ ਲਾ ਲਏ ਆਪਣੀ ਕਿਹੜੀ। ਤੁਹਾਡੇ ਸਾਹਮਣੇ ਹੀ ਆ, ਆਪਣੇ ਸਮਝ ਨਾਲ ਲਾ ਲਓ ਕਿੰਨੇ ਕੁ ਦੇਣੇ ਆ। ਤੇ ਦੁੱਧ ਕਿੰਨਾ ਇਹਦੇ ਕੋਲ? ਉਹਦੇ ਵਿੱਚ ਉਹਦਾ 8 ਲੀਟਰ ਆ, ਆਪਾਂ ਬਸ 7 ਲੀਟਰ ਕਰਕੇ ਦੇਵਾਂਗੇ। ਪੱਕਾ ਦੁੱਧ ਹੈਗਾ ਜਿਹੜਾ? 7 ਲੀਟਰ ਦੁੱਧ ਹੈ। ਤੋਰ ਦੋ ਫਿਰ ਇਹਨੂੰ ਥਾਣਾ, ਇਹਦੇ ਵੀ ਤੁਹਾਨੂੰ ਦਿਖਾ ਦਈਏ ਲਾਗੇ ਦਾ। ਅੱਜ ਲਾਇਆ ਸਾਡੇ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ 7 ਲੀਟਰ ਹੈਗਾ ਹੈ।
ਬਰਸਟਾਲਾ ਸੂਲਾ ਹੋ ਜਾਏਗਾ ਦੁੱਧ 8-9 ਕਿਲੋ ਮਾਂ ਨਾ ਦੇਈ ਜਾਊਗੀ। ਤੇ ਇਹਦਾ ਮੁੱਲ? ਇਹਦਾ ਮੁੱਲ ਵੀ ਜੀ ਬਿਲਕੁਲ ਤੋਕਣ ਵਾਲਾ ਹੀ ਆ। ਕਿੰਨਾ? ਇਹਦਾ ਮੁੱਲ ਵੀ ਜੀ 50,000 ਰੁਪਏ ਕਰਾਂਗੇ, ਜਿਹੜੀ ਦੇ ਦੇਣੀ 45,000 ਦੀ ਦੇ ਦਾਂਗੇ। ਅੱਛਾ, 45,000 ਦੀ ਦੇ ਦੇਣੀ ਆ। ਬਾਕੀ ਕਾਫੀ ਸ਼ਾਂਤ ਜੀ ਮੱਝ ਆ, ਠੰਡੀ ਠੁੰਡੀ ਬੜੀ, ਜਿੱਦਾਂ ਮਾਂ ਮਰਜ਼ੀ ਚੋਈ ਜਾਓ। ਠੀਕ ਹੈ ਜੀ, ਸੀਲ ਬੜੀ ਹੈ। ਠੀਕ ਹੈ, ਤੇ ਹੁਣ ਦਿਖਾਈਏ ਗਾਵਾਂ। ਹਾਂਜੀ, ਆਹ ਵੈੜ ਵਾਲੀ, ਆਹ ਬੱਚੇ ਵਾਲੀ ਆ ਜਿਹੜੀ। ਹਾਂਜੀ, ਇਹਦਾ ਬੱਚਾ ਆ, ਮਗਰ ਵੱਸੀ ਚੋ ਵੱਸੀ ਆ, ਮਗਰ 6-7 ਦਿਨ ਸੂਈ ਨਾਲ ਹੋ ਗਿਆ ਹੁੰਦੇ। ਕਿੰਨਾ ਚਿਰ ਕੋਲ ਦੁੱਧ? ਇਹ ਕੋਈ ਵੀ ਜੀ ਦੁੱਧ ਆਇਆ ਤਾਂ ਜਿਹੜਾ 8 ਲੀਟਰ ਦੁੱਧ ਹੋਊਗਾ ਹੈਗਾ, ਪੱਕਾ ਦੁੱਧ ਜਿਹੜਾ। ਤੋਰ ਦਿਓ ਫਿਰ ਇਹਨੂੰ। ਆਹ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲਾਗੇ ਤੋਂ, ਬਾਕੀ ਇਹ ਵੀ ਸੀਲ ਸਾਲ ਬਹੁਤ ਹੈ। 7 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਕੋਲ। ਕਿੰਨਾ ਦੁੱਧ ਵਿੱਚ ਦੱਸਿਆ ਸੀ? 8 ਕਿਲੋ ਦੱਸਿਆ ਸੀ ਦੁੱਧ ਜਿਹੜਾ। ਬਾਕੀ ਕੋਈ ਲੈਣਾ ਨਹੀਂ ਪਾਉਣਾ, ਜਿੱਦਾਂ ਤੇ ਇਹਦਾ ਫਿਰ ਮੁੱਲ? ਇਹਦਾ ਵੀ ਮੁੱਲ ਵੀ ਜੀ ਬਿਲਕੁਲ ਛੋਟਾ ਹੀ ਪਾਉਣਾ। ਕਿੰਨਾ ਕੁ ਮੁੱਲ ਇਹਦਾ? 30,000 ਕਰਾਂਗੇ, ਜਿਹੜੀ ਦੇਣੀ 25,000 ਦੀ ਵਸੀ ਦੇਣੀ। 25,000 ਦੀ ਦੇ ਦੇਣੀ ਹੈ, ਉਹ 500 ਰੁਪਈਆ ਸੋਲਡ ਵੀ ਕਰ ਦਾਂਗੇ। ਠੀਕ ਹੈ, ਐਂਡ ਆਪਾਂ ਦੇਣੀ ਹੈ ਜਿਹਨੇ। ਤੇ ਇਹ ਦੁੱਧ ਕਿੰਨਾ ਕਰੀ ਜਾਊਗੀ? ਇਹ ਦੁੱਧ ਜ਼ਿਆਦਾ ਨਹੀਂ, ਮੈਂ ਕਹਿੰਦਾ 10-12 ਲੀਟਰ ਮਾਰ, 10 ਲੀਟਰ ਤੋਂ ਬਾਹਰ ਜਾਏਗੀ। ਠੀਕ ਹੈ, ਤੇ ਉਹ ਤੇਰਾ ਠੰਡੀ ਸੀਲ ਆ ਪੂਰੀ? ਬਿਲਕੁਲ ਸੀਲ, ਜਿੱਦਾਂ ਮਰਜ਼ੀ ਪਰ ਹੁਣੇ ਕੋਈ ਚੋਲੇ ਜਿੱਦਾਂ। ਠੀਕ ਹੈ ਜੀ, ਚੁਣੀ ਆਣ ਕੇ ਚਵਾਲੀ ਪੂਰੀ ਠੰਡੀ ਹੋ ਗਈ। ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ। ਸਿੰਘ ਵੇ ਦੇ ਹੈਗੇ ਆ ਪਰ ਤਿੱਖੇ ਨਹੀਂ ਆ, ਅੱਗੇ ਅੱਗੇ ਉੱਤੋਂ ਉੱਤੋਂ ਵੱਡੇ ਆ। ਬਾਕੀ ਕੋਈ ਪਰਵਾਹ ਨਹੀਂ, ਜਿੱਦਾਂ ਮਰਜ਼ੀ ਆਵੇ ਹੱਥ ਲਾਓ। ਠੀਕ ਹੈ, ਠੰਡੀ ਹੈ ਬਿਲਕੁਲ, ਕੋਈ ਗੱਲ ਨਹੀਂ। ਤੇ ਆਹ 2 ਗਾਵਾਂ ਹੁਣ ਬੱਚੇ ਤੋਂ ਬਿਨਾ ਹੀ ਆ। ਇਹਦੇ ਕੋਲ ਵੀ ਜੀ ਦੁੱਧ ਹੈਗਾ ਜਿਹੜਾ ਇਹਤ 7 ਲੀਟਰ ਦੁੱਧ ਆ ਹੈਗਾ ਜਿਹੜਾ, 8 ਦੀ 7 ਲੀਟਰ ਦਾ ਆਪਾਂ ਸੌਦਾ ਕਰਾਂਗੇ ਇਹਦਾ। ਤੋਰੋ ਫਿਰ ਇਹਨੂੰ, ਪਾਓ ਨਾ ਪਾਓ, ਹੈ ਠੰਡੀ ਹੈ। ਠੀਕ ਹੈ ਜੀ, ਦੇਖ ਸਕਦੇ ਹਵਾ ਨਾ ਇਹਦਾ ਲੱਗ ਗਿਆ। ਤੇ ਇਹਦਾ ਫਿਰ ਮੁੱਲ ਵੀ ਜੀ? ਇਹਦਾ ਮੁੱਲ ਵੀ ਜੀ 25,000 ਰੁਪਏ ਕਰਾਂਗੇ। ਅੱਛਾ, 22,000 ਤੁਸੀਂ ਦੇਣਾ। ਅੱਛਾ ਵੀ 22,000 ਦੀ, 22,000 ਦੀ ਐਂਡ ਦੇ ਦੇ। ਠੀਕ ਹੈ ਜੀ, ਤੇ ਆਹ ਗਾਂ ਕੋਲ ਕਿੰਨਾ ਦੁੱਧ? ਇਹ ਪਹਿਲੇ ਸੂਏ ਵੀ ਜੀ ਵਸੀ ਆ ਵੀ। ਅੱਛਾ, ਇਹਦੇ ਕੋਲ ਦੁੱਧ ਵੀ 7 ਲੀਟਰ ਆਪਾਂ 6 ਲੀਟਰ ਦੀ ਗਰੰਟੀ ਦੇਵਾਂਗੇ। ਅੱਛਾ, ਪਰ 3 ਡੰਗ ਚੋਏ ਕੋਈ 4, ਬਿਲਕੁਲ ਸੀਲ ਇਦਾਂ ਪਹਾੜਾ ਪਾ ਕੇ ਚੋਣੀ ਆ। ਤੋਰੋ ਫਿਰ ਇੱਕ ਰੀਨ। ਤੇ ਆ ਥਾਨਵੀਂ ਦੇ ਦੇਖ ਸਕਦੇ ਲੱਗੇ ਤੋਂ ਆਪਾਂ। ਤੇ ਇਹਦਾ ਫਿਰ ਮੁੱਲ? ਇਹਦਾ ਮੁੱਲ ਵੀ ਜੀ ਆਪਾਂ 20,000 ਕਰਦੇ ਆ, ਜਿਹੜੀ ਦੇ ਦੇਣੀ 16,000 ਦੀ ਵਸੀ ਦੇਣਾ। ਅੱਛਾ, 16,000 ਦੀ, 16,000। ਠੀਕ ਹੈ, ਤੇ ਠੀਕ ਹੈ ਵੀ ਜੀ, ਹੋਰ ਕੁਛ ਕਹਿਣਾ ਫਿਰ? ਬਸ ਵੀ ਜੀ, ਤੇ ਬਾਕੀ ਇਹ ਆ ਵੀ
ਸੂਈਆਂ ਤੁਹਾਡੇ ਘਰ ਠੀਕ ਹੈ ਜੀ, ਅਤੇ ਬਾਕੀ ਸੂਈਆਂ ਦੀ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ, ਅਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ।